असल अजीज़ फार्मर मैं हूँ शबाज़ रसूल आज हम किसान चैनल के, के वातल से मैं अपने फार्मर्स के साथ मुहातब हूँ आज हमारी गुफ्तु का मौजू होगा कि जानवरों की खुराक में कैल्शियम की क्या अहमियत है अगर जानवर में कैल्शियम की कमी आ जाए तो वो कौन सी ऐसी बीमारियाँ हैं जो जानवर पर हमला आवर होती हैं इसके अलावा एक आम फार्मर अपने जानवर का कैल्शियम लेवल कैसे चेक कर सकता है ये ऐसे सवाल हैं जिनका आज आपको जवाब देंगे मुल्क पाकिस्तान का एक बड़ा नाम मेरी मुराद जनाब डॉक्टर असदुल्ल हाँ शेरवानी साहब आपने अपनी सारी ज़िंदगी इस शोबे को दे दी है आपकी उम्र इस वक्त 75 इयर्स है लेकिन आपका पैशन ऐसा है कि आज भी आपके टेबल्स पर लाइफ स्टॉक्स की बुक्स देखने को मिलती हैं तो आइए आज मिलते हैं डॉक्टर खान शेरवानी साहब से नामद हो नसूल करीम अम्माबाद रहीम चूँकि तु कैल्शियम के बारे पुछा कि कैल्शियम की कमी जड़ी है ਇਦੀ وجہ ਨਾਲ ਗਾਂ ਮੱਝ ਦੇ ਵਿੱਚ ਕਿਹੜੀ ਕਿਹੜੀ ਬਿਮਾਰੀ ਪੈਦਾ ਹੋ ਸਕਦੀ ਹੈ ਤੇ ਮੈਂ ਆਪਣੇ ਕاشتਕਾਰ اور ਯਾਨੀ ਮवेशੀ ਪਾਲ ਅਧਰਾਤ ਨੂੰ ਇਹ ਅੱਜ ਦੱਸਣਾ ਚਾਹਨਾ ਹੈ ਕਿ ਕੈਲਸ਼ੀਅਮ ਜਿਹੜਾ ਹੈ ਇਹ ਇੱਕ ਮਤਵਾਜ਼ਨ ਖੁਰਾਕ ਦੇ ਵਿੱਚ ਇਹ ਇੱਕ ਐਸਾ ਮਿਨਰਲ ਹੈ ਜੀਦੀ ਕਮੀ ਦੀ وجہ ਨਾਲ ਜਾਨਵਰ ਦੇ ਵਿੱਚ ਬਹੁਤ ਅਹਿਮ ਕਿਸਮ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਔਰ ਅਗਰ ਜਾਨਵਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਯਾਨੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੈਲਸ਼ੀਅਮ ਦੀ ਕਮੀ ਤੋਂ ਕੀ ਮਰਾਦ ਹੈ। ਅੱਲਾਹ ਤਾਲਾ ਨੇ ਇਨਸਾਨ ਵੀ ਤੇ ਜਾਨਵਰ ਵੀ ਉਹਨਾਂ ਦੇ ਵਿੱਚ ਇਨਸਾਨੀ ਜਿਸਮ ਤੇ ਹਵਾਨੀ ਜਿਸਮ ਦਾ ਇੱਕ ਅਹਿਮ ਹਿੱਸਾ ਜਿਹੜਾ ਹੈ ਉਹ ਹੱਡੀਆਂ ਨੇ ਹੱਡੀਆਂ ਦੇ ਵਿੱਚ ਅੱਲਾਹ ਤਾਲਾ ਨੇ ਕੈਲਸ਼ੀਅਮ ਦੀ ਮਿਕਦਾਰ ਬਹੁਤ ਜ਼ਿਆਦਾ ਰੱਖੀ ਹੈ ਔਰ ਇਸੇ ਤਰ੍ਹਾਂ ਗਾਂ ਮੱਜ ਦੇ ਖੂਨ ਦੇ ਅੰਦਰ ਕੈਲਸ਼ੀਅਮ ਦੀ ਮਿਕਦਾਰ ਵੀ ਇੱਕ ਖਾਸ ਹੱਦ ਤੱਕ ਮੌਜੂਦ ਰਹਿਣੀ ਚਾਹੀਦੀ ਹੈ ਅਗਰ ਉਹਦੇ ਤੋਂ ਘੱਟ ਕੈਲਸ਼ੀਅਮ ਹੋਵੇ ਯਾਨੀ ਕੈਲਚ ਬਲੱਡ ਕੈਲਸ਼ੀਅਮ ਲੈਵਲ ਹੈ ਜਿਹੜਾ ਉਹ ਘਟ ਜਾਵੇ ਤੇ ਜਾਨਵਰ ਦੇ ਵਿੱਚ ਮੁਸਤਲਫ ਕਿਸਮ ਦੀਆਂ ਨਹਾਇਤ ਮੋਲਕ ਕਿਸਮ ਦੀਆਂ ਬਿਮਾਰੀਆਂ ਜਾਂ ਅਗਰ ਮੋਲਕ ਦਾ ਲਫ਼ਜ਼ ਅਸੀਂ ਇਸਤੇਮਾਲ ਨਹੀਂ ਕਰਦੇ ਨਹਾਇਤ ਆਹਮ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਜਿੱਦੀ وجہ ਨਾਲ ਸਾਡੇ ਕਾਸ਼ਤਕਾਰ ਔਰ ਮਵੇਸ਼ੀ ਪਾਲ ਹਜ਼ਰਤ ਨੇ ਜਿਹੜੇ ਉਹਨਾਂ ਨੂੰ ਬਹੁਤ ਜ਼ਿਆਦਾ ਕਟਾ ਪੈਂਦਾ ਹੈ ਪਹਿਲੀ ਤੇ ਇਹ ਚੀਜ਼ ਇਹ ਕਿ ਸਾਇੰਸੀ ਤੌਰ ਦੇ ਉੱਤੇ ਜਾਨਵਰ ਦੇ ਖੂਨ ਦੇ ਅੰਦਰ ਕੈਲਸ਼ੀਅਮ ਦੀ ਜਿਹੜੀ ਮਿਕਦਾਰ ਹੈ ਉਹ 9 ਮਿਲੀਗ੍ਰਾਮ ਤੋਂ ਲੈ ਕੇ 15 ਮਿਲੀਗ੍ਰਾਮ ਪਰ ਡੈਸੀਲੀਟਰ ਤੱਕ ਹੋਣੀ ਚਾਹੀਦੀ ਹੈ ਹਰ ਵਕਤ ਰਹਿਣੀ ਚਾਹੀਦੀ ਹੈ ਔਰ ਅਗਰ ਇਹ ਮਿਕਦਾਰ ਘਟ ਜਾਵੇ ਯਾਨੀ 9 ਮਿਲੀ 15 ਮਿਲੀਗ੍ਰਾਮ ਤੋਂ ਤੋਂ 9 ਔਰ 15 ਦੇ ਦਰਮਿਆਨ ਨਾ ਰਹੇ ਔਰ 9 ਤੋਂ نیچے ਆ ਜਾਵੇ ਯਾਨੀ 9 ਮਿਲੀਗ੍ਰਾਮ ਪਰ ਡੈਸੀਲਟਰ ਤੋਂ niche ਥੱਲੇ ਆ ਜਾਵੇ ਤੇ ਫਿਰ ਜਾਨਵਰ ਦੇ ਵਿੱਚ 4-5 ਬਿਮਾਰੀਆਂ ਅਹਮ ਨੇ ਜਿਹੜੀਆਂ ਪੈਦਾ ਹੋ ਜਾਂਦੀਆਂ ਹਨ ਔਰ ਅਗਰ ਬਲੱਡ ਦਾ ਕੈਲਸ਼ੀਅਮ ਲੈਵਲ ਜਿਹੜਾ ਹੈ 5 ਮਿਲੀਗ੍ਰਾਮ ਹੋ ਜਾਏ ਤੇ ਜਾਨਵਰ ਨੂੰ ਸਭ ਤੋਂ ਜਿਹੜੀ ਅਹਮ ਬਿਮਾਰੀ ਹੈ ਉਹ ਪੰਜਾਬੀ ਵਿੱਚ ਜਿਹਨੂੰ ਸੂਤਕਵਾਹ ਕਹਿੰਦੇ ਨੇ ਔਰ ਅੰਗਰੇਜ਼ੀ ਜ਼ੁਬਾਨ ਦੇ ਵਿੱਚ ਜਿਹਨੂੰ ਮਿਲਕ ਫੀਵਰ ਕਹਿੰਦੇ ਨੇ ਉਹ ਬਿਮਾਰੀ ਜਾਨਵਰ ਨੂੰ ਲੱਗ ਜਾਂਦੀ ਏ ਔਰ ਜਾਨਵਰ ਜ਼ਮੀਨ ਦੇ ਉੱਤੇ ਡਿੱਗ ਪੈਂਦਾ ਜੋ ਦੋ ਦਿਨਾਂ ਤੇ ਡਿਗ ਪੈਂਦਾ ਉਸ ਵਕਤ ਅਗਰ ਕੈਲਸ਼ੀਅਮ ਦਾ ਲੈਵਲ ਕਿਤੇ ਚੈੱਕ ਕਰਵਾਇਆ ਜਾਵੇ ਕਿਸੇ ਲੈਬੈਟਰੀ ਤੋਂ ਤੇ ਉਸ ਵਕਤ ਸਾਨੂੰ ਇਹ ਪਤਾ ਲੱਗਦਾ ਕਿ ਕੈਲਸ਼ੀਅਮ ਲੈਵਲ ਹੁੰਦਾ 5 ਮਿਲੀਗ੍ਰਾਮ ਪਰ ਡੈਸੀਲੀਟਰ ਹੈ। ਸਭ ਤੋਂ ਪਹਿਲੇ ਤੇ ਇਹ ਵੇ ਕਿ ਕੈਲਸ਼ੀਅਮ ਦਾ ਅਗਰ ਲੈਵਲ 9 ਔਰ 15 ਦੇ ਦਰਮਿਆਨ ਰਹਿੰਦਾ ਹੈ। ਯਾਨੀ ਤੇ ਫਿਰ ਤੇ ਜਾਨਵਰ ਆਮੂਮਨ ਤੰਦਰੁਸਤ ਰਹੇਗਾ। ਲੇਕਿਨ ਅਗਰ 9 ਤੋਂ ਥੱਲੇ ਚਲਾ ਜਾਵੇ ਲੈਵਲ ਤੇ ਫੇਰ ਜਾਨਵਰ ਨੂੰ ਸਭ ਤੋਂ ਅਹਿਮ ਬਿਮਾਰੀ ਜਿਹੜੀ ਹੈ ਉਹ ਇਹ ਹੋਈ ਹੈ ਸੂਤਕਵਾ ਜਿਹਨੂੰ ਮਿਲਕ ਫੀਵਰ ਕਹਿੰਦੇ ਦਰਅਸਲ ਗੱਲ ਇਹ ਵੇ ਕਿ ਇਹ ਜਿਹੜੀ ਗੱਲ ਅਸੀਂ ਪਹਿਲੇ ਕੀਤੀ ਹੈ ਕਿ ਲੈਵਲ ਐਨਾ ਹੋਣਾ ਚਾਹੀਦਾ ਹੈ ਇਹ ਤੇ ਇੱਕ ਲਿਖੀ ਪੜੀ ਗੱਲ ਹੈ ਜਿਹਦੇ ਨਾਲ ਜ਼ਿੰਮੇਦਾਰ ਨੂੰ ਜਿਹਦੀ ਸਮਝ ਨਹੀਂ ਆ ਸਕਦੀ ਜਲਦੀ ਦੇ ਇਹ ਤੇ ਇੱਕ ਪੜੀ ਲਿਖੀ ਗੱਲ ਹੈ ਔਰ ਲੈਬਾਰਟਰੀ ਚ ਲੈਵਲ ਹੋਵੇ ਤਾਂ ਉਹ ਅਸੀਂ ਹਿਸਾਬ ਨਾਲ ਦੱਸ ਸਕਦੇ ਹਾਂ ਲੇਕਿਨ ਅਸਲ ਜ਼ਿੰਮੇਦਾਰ ਨੂੰ ਕਿਵੇਂ ਪਤਾ ਲੱਗੇਗਾ ਕਿ ਕੈਲਸ਼ੀਅਮ ਦਾ ਲੈਵਲ ਜਿਹੜਾ ਹੈ ਲੋ ਹੈ ਇਹ ਪੂਰਾ ਹੈ ਪੂਰਾ ਹੈ ਠੀਕ ਹੈ ਇਹ ਯਾਦ ਰੱਖੋ ਜਿਸ ਵਕਤ ਜਾਨਵਰ ਦਾ ਕੈਲਸ਼ੀਅਮ ਲੈਵਲ ਲੋ ਹੁੰਦਾ ਹੈ ਔਰ ਇਹ ਆਮੂਮਨ ਕੈਲਸ਼ੀਅਮ ਲੈਵਲ ਜਾਨਵਰ ਦਾ ਉਦੋਂ ਹੁੰਦਾ ਹੈ ਜਦੋਂ ਜਾਨਵਰ ਜਿਹੜਾ ਉਹ ਆਪਣੇ ਗੱਬ ਦੇ ਆਖਰੀ ਦਿਨਾਂ ਦੇ ਵਿੱਚ ਹੁੰਦਾ ਹੈ ਯਾਨੀ ਗੱਬ ਤੋਂ ਮਰਾਦ ਇਹ ਹੈ ਕਿ ਜਾਨਵਰ ਗੱਬਰ ਜਾਨਵਰ ਇਹ ਜਿਹੜਾ ਉਹ ਦੇ ਆ ਆਖਰੀ 21 ਦਿਨ ਨੇ ਜਿਹੜੇ ਜੀ 21 ਦਿਨਾਂ ਦੇ ਵਿੱਚ ਕਾਫੀ ਹੱਦ ਤੱਕ ਜਾਨਵਰ ਦੇ ਜਿਸਮ ਦੇ ਅੰਦਰ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਏ ਕਿਉਂਕਿ ਬੱਚੇ ਦੀਆਂ ਹੱਡੀਆਂ ਵੀ ਕੈਲਸ਼ੀਅਮ ਨਾਲ ਬਣਦੀਆਂ ਨੇ ਜੀ ਔਰ ਬੱਚੇ ਨੂੰ ਕੈਲਸ਼ੀਅਮ ਦੀ ਹਰ ਲਿਆਜ਼ਾ ਨਾਲ ਜ਼ਰੂਰਤ ਹੁੰਦੀ ਏ ਇਸੇ ਤਰ੍ਹਾਂ ਜਾਨਵਰ ਮਸਲੰ ਗਾਂ ਮਾਝੇ ਜਿਹੜਾ ਉਹਨੂੰ ਵੀ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਏ ਲਿਆਜ਼ਾ ਉਹਨਾਂ ਦਿਨਾਂ ਦੇ ਵਿੱਚ ਕੈਲਸ਼ੀਅਮ ਕਾਮੂਨ ਦੇ ਚਾਂਸਸ ਕਾਫੀ ਹੁੰਦੇ ਨੇ ਕੈਲਸ਼ੀਅਮ ਦੀ ਕਮੀ ਪੂਰੀ ਕਰਨ ਵਾਸਤੇ ਜ਼ਿੰਮੇਦਾਰ ਲੋਕਾਂ ਨੂੰ ਅਕਸਰ ਪਤਾ ਹੈ ਕਿਉਂਕਿ ਡਾਕਟਰਾਂ ਨਾਲ ਜ਼ਿੰਮੇਦਾਰ ਪ੍ਰਾਮ ਮਿਲਦੇ ਜਾਂਦੇ ਨੇ ਔਰ ਡਾਕਟਰ ਉਹਨਾਂ ਨੂੰ ਦੱਸੇ ਜਾਂਦੇ ਨੇ ਕਿ ਤੁਸੀਂ ਸਾਰਾ ਸਾਲ ਆਪਣੇ ਜਾਨਵਰ ਨੂੰ DCP ਦਿੰਦੇ ਰਿਆ ਕਰੋ ਤਾਂ ਕਿ ਉਹਨਾਂ ਦੇ ਜਿਸਮ ਦੇ ਅੰਦਰ ਕੈਲਸ਼ੀਅਮ ਫਾਸਫੋਰਸ ਵਗੈਰਾ ਦੀ ਕਮੀ ਪੂਰੀ ਹੁੰਦੀ ਰਹੇ ਜੀ ਡਾਕਟਰ ਲੇਕਿਨ ਆਖਰੀ 21 ਦਿਨ ਯਾਨੀ ਸੂਣ ਤੋਂ ਪਹਿਲੇ ਜਿਹੜੇ ਆਖਰੀ 21 ਦਿਨ ਨੇ ਉਹਨਾਂ ਦੇ ਵਿੱਚ ਸਾਨੂੰ ਅਗਰ ਸਾਰਾ ਸਾਲ ਅਸੀਂ ਜਾਨਵਰ ਨੂੰ 2.5 200 ਗ੍ਰਾਮ ਦੁੱਧ ਦੇਣ ਵਾਲੇ ਜਾਨਵਰ ਨੂੰ ਅਗਰ ਕੈਲਸ਼ੀਅਮ ਦੇਦੇ ਰਹਿੰਦੇ ਆਂ ਡੀਸੀਪੀ ਦੇਂਦੇ ਰਹਿੰਦੇ ਆਂ ਤੇ ਆਖਰੀ ਦਿਨਾਂ ਦੇ ਵਿੱਚ ਜਾ ਕੇ ਕੈਲਸ਼ੀਅਮ ਇਹ ਡੀਸੀਪੀ ਦੀ ਮਿqdਾਰ ਸਾਨੂੰ ਘੱਟ ਰੱਖਣੀ ਚਾਹੀਦੀ ਹੈ ਜੀ ਜੀ ਕਿਉਂਕਿ ਇੱਕ بڑا ਅهم ਸਾਇੰਸ ਦਾ ਸਵਾਲ ਹੈ ਕਿ ਆਸਰ ਇਹਨਾਂ ਦਿਨਾਂ ਦੇ ਵਿੱਚ ਕੈਲਸ਼ੀਅਮ ਦੀ ਮਿਕਦਾਰ ਆਖਰੀ ਮਹੀਨੇ ਦੇ ਵਿੱਚ ਕਿਉਂ ਘੱਟ ਰੱਖਣੀ ਚਾਹੀਦੀ ਹੈ ਡੀਸੀਪੀ ਕਿਉਂ ਘੱਟ ਦੇਣਾ ਚਾਹੀਦਾ ਜਦੋਂ ਕਿ ਸਾਰਾ ਸਾਲ ਅਸੀਂ ਜਿਹੜਾ ਹੈ तकरीबन 200 ਤੋਂ 220 ਗ੍ਰਾਮ ਦੇਦੇ ਰਹਿੰਦੇ ਆ ਜਾਨਵਰ ਲੇਕਿਨ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ 60 ਗ੍ਰਾਮ ਤੋਂ ਵੀ ਥੱਲੇ ਦੇਣਾ ਚਾਹੀਦਾ ਡੇਲੀ ਇਸ ਤੋਂ ਜ਼ਿਆਦਾ ਨਹੀਂ ਦੇਣਾ ਚਾਹੀਦਾ ਕਿਉਂਕਿ ਬੜੀ ਅਜੀਬ ਚੀਜ਼ ਹੈ ਜਿਹੜੀ ਕਿ ਅਕਸਰ ਮੈਕਮਨਲ ਮੁਸਲਿਕ ਲੋਗ ਯਾਨੀ ਮੈਕਮਾ ਮੂਰੇ ਹਵਾਨਾਤ ਨਾਲ ਮੁਸਲਿਕ ਲੋਗ ਵੀ ਬਾਜ਼ ਅੰਡਰਸਟੈਂਡ ਇਸ ਚੀਜ਼ ਨੂੰ ਨਹੀਂ ਕਰਦੇ ਕਿ ਆਖਰ ਉਹਨਾਂ ਦਿਨਾਂ ਦੇ ਵਿੱਚ ਕੱਟ ਡੀਸੀਪੀ ਕਿਉਂ ਦੇਣਾ ਹੈ ਜਦੋਂ ਕਿ ਜਾਨਵਰ ਨੂੰ ਜ਼ਰੂਰਤ ਹੈ ਸਿੰਦੀ ਜ਼ਿਆਦਾ ਹੈ ਜੀ ਹਾਂ ਇਹ ਇੱਕ ਬੜਾ ਆਮ ਨੁਕਤਾ ਹੈ ਔਰ ਸਮਝਣ ਦੀ ਜ਼ਰੂਰਤ ਹੈ ਹੁੰਦਾ ਇਹ ਬੇ ਕਿ ਅਗਰ ਆਖਰੀ ਦਿਨਾਂ ਦੇ ਵਿੱਚ ਯਾਨੀ ਸੂਣ ਵੇਲੇ ਆਖਰੀ ਦਿਨ ਜਿਹੜੇ ਆਖਰੀ ਮਹੀਨੇ ਦੇ ਦਿਨ ਨੇ ਉਹਨਾਂ ਦੇ ਵਿੱਚ ਅਗਰ ਅਸੀਂ ਡੀ ਸੀ ਪੀ ਦਿੰਦੇ ਰਹੀਏ ਕੈਲਸ਼ੀਅਮ ਦਾ ਲੈਵਲ ਮੇਧ ਦੇ ਵਿੱਚ ਜਣ ਕੈਲਸ਼ੀਅਮ ਜਾਂਦਾ ਉਹਦੇ ਵਿੱਚ ਕੈਲਸ਼ੀਅਮ ਆਇਨ ਦੀ ਮਿਕਦਾਰ ਵਧ ਜਾਂਦੀ ਹੈ ਕੈਲਸ਼ੀਅਮ ਆਇਨ ਦੀ ਮਿਕਦਾਰ ਜਿਹਨੂੰ ਕੈਲਸ਼ੀਅਮ ਜਾਂ ਕਿ ਟਾਈਨ ਕਹਿੰਦੇ ਨੇ ਸਾਇੰਸ ਦੀ ਦੁਆਨ ਦੇ ਵਿੱਚ ਉਦੀ ਮਿਕਦਾਰ ਵੱਧ ਜਾਂਦੀ ਏ ਜਿੱਦੀ وجہ ਨਾਲ ਜਿਹੜਾ ਕੁਦਰਤੀ ਨਿਜ਼ਾਮ ਹੈ ਕਿ ਕੈਲਸ਼ੀਅਮ ਜਿਹੜੀ ਹੈ ਜਾਨਵਰ ਆਪਣੀਆਂ ਹੱਡੀਆਂ ਤੋਂ ਲਿਜਾਂਦਾ ਹੈ ਖੂਨ ਦੀ ਤਰਫ ਉਹ ਰੁਕ ਜਾਂਦਾ ਹੈ ਅਗਰ ਕੇ ਟਾਈਮ ਦੀ ਮਿਕਦਾਰ ਵੱਧ ਜਾਵੇ ਤੇ ਜੀ ਜੀ ਡਾਕਟਰ ਸਾਹਿਬ ਔਰ ਹੁੰਦਾ ਇਹ ਵੀ ਕਿ ਜਦੋਂ ਅਸੀਂ ਉਹਨਾਂ ਦਿਨਾਂ 'ਚ ਵੀ ਕੈਲਸ਼ੀਅਮ ਵੱਧ ਦਿੰਦੇ ਰਹੀਏ ਤੇ ਕੇ ਟਾਈਮ ਲੈਵਲ ਵਧਣ ਦੀ وجہ ਨਾਲ ਜਾਨਵਰ ਦਾ ਜਿਹੜਾ ਕੁਦਰਤੀ ਨਿਜ਼ਾਮ ਹੈ ਉਧ ਵਿੱਚ ਰੁਕਾਵਟ ਆ ਜਾਂਦੀ ਏ ਔਰ ਹੱਡੀਆਂ ਤੋਂ ਕੈਲਸ਼ੀਅਮ ਬਲੱਡ ਦੀ ਤਰਫ ਯਾਨੀ ਖੂਨ ਦੀ ਤਰਫ ਨਹੀਂ ਜਾਂਦੀ ਬਲਕਿ ਰੁਕ ਜਾਂਦੀ ਏ ਬਿਲਕੁਲ ਇਹਨੂੰ ਮੈਨੂੰ ਕਿਉਂਕਿ ਮੈਂ ਸਾਇੰਸ ਦਾ ਤਾਲਬਾ ਹਾਂ ਸਾਇੰਸ ਦਾ ਨਾਲ ਬਰਾ ਤਾਲਬਾ ਕਿ ਔਰ ਮੇਰੇ ਜਿਹੜੇ ਮਹਿਕਮੇ ਦੇ ਲੋਕ ਨੇ ਉਹ ਵੀ ਇਸ ਚੀਜ਼ ਨੂੰ ਸੁਣ ਰਹੇ ਨੇ ਹੁੰਦਾ ਏ ਵੇ ਕਿ ਜਦੋਂ ਕੀ ਟਾਈਨ ਲੈਵਲ ਜ਼ਿਆਦਾ ਹੁੰਦਾ ਹੈ ਤੇ ਜਾਨਵਰ ਦਾ ਡੀਕੈਡ ਡਿਸਟਰਬ ਹੋ ਜਾਂਦਾ ਹੈ ਡਾਕਟਰ ਸਾਹਿਬ ਡੀਕੈਡ ਕੀ ਡੀਕੈਡ ਹੈ ਵੇ ਕਿ K+ A-9 ਨੈਗੇਟਿਵ ਆਇਨ ਤੇ ਪੋਜ਼ਿਟਿਵ ਆਇਨ ਦਾ ਬੈਲੈਂਸ ਖਰਾਬ ਹੋ ਜਾਂਦਾ ਹੈ ਅੱਛਾ ਬੈਲੈਂਸ ਖਰਾਬ ਹੋਣ ਦੀ وجہ ਨਾਲ ਕੈਲਸ਼ੀਅਮ ਦੀ ਜਿਹੜੀ ਮੋਬਿਲਾਈਜੇਸ਼ਨ ਹੈ ਹੱਡੀਆਂ ਤੋਂ ਖੂਨ ਦੀ ਤਰਫ ਰੁਕ ਜਾਂਦੀ ਹੈ ਬਿਲਕੁਲ ਬਿਲਕੁਲ لہذا ਹੁਣ ਸਵਾਲ ਇਹ ਪੈਦਾ ਹੁੰਦਾ ਸ਼ਬਾਸ ਸਾਹਿਬ ਤੁਸੀਂ ਮੇਰੇ ਕੋਲ ਇਹ ਪੁੱਛੋਗੇ ਕੀ ਜ਼ਿਮੀਂਦਾਰ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਜੀ ਡਾਕਟਰ ਜਾਂ ਇਵਨ ਜਿਹੜੇ ਇਸ ਮੈਕਮੇਨਰ ਮੁੰਸਲਿਕ ਲੋਕ ਨੇ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਕੈਲਸ਼ੀਅਮ ਦੀ ਮੋਬਿਲਾਈਜੇਸ਼ਨ ਹੋ ਰਹੀ ਹੈ ਕਿ ਨਹੀਂ ਹੋ ਰਹੀ ਕੈਲਸ਼ੀਅਮ ਪੂਰੀ ਹੁੰਦੀ ਹੈ ਪਈ ਹੈ ਨਹੀਂ ਹੁੰਦੀ ਪਈ ਇਹ ਇੱਕ ਨਾਹਿਤ ਅਹਿਮ ਸਵਾਲ ਹੈ ਹੁੰਦਾ ਇਹ ਵੇ ਕਿ ਇਨ੍ਹਾਂ ਦਿਨਾਂ ਦੇ ਵਿੱਚ ਅਗਰ ਅਸੀਂ ਜਾਨਵਰ ਦੇ ਪਿਸ਼ਾਬ ਦਾ ਆਖਰੀ ਤਿੰਨਾਂ ਦਿਨਾਂ ਦੇ ਵਿੱਚ ਪੀ ਐਚ ਲੈਵਲ ਚੈੱਕ ਕਰੀਏ ਕਿ ਯਾਨੀ ਉਹ ਨਾਂਦਾ ਜਿਹੜਾ ਪਿਸ਼ਾਬ ਏ ਉਹ ਤਜ਼ਾਬੀ ਏ ਜਾਂ ਅਲਕਲਾਈਨ ਹੈ اچھا ਉਹ ਪੀ ਐਚ ਦੱਸੇਗਾ ਸਾਨੂੰ ਕਿ ਅਲਕਲਾਈਨ ਹੈ ਜਾਂ ਤਜ਼ਾਬੀ ਹੈ ਜੀ ਜੀ ਅਗਰ ਤੇ ਇਸ 7 ਤੋਂ ਥੱਲੇ ਵੇ ਤੇ ਇਹਦਾ ਮਤਲਬ ਏ ਵੇ ਯਾਨੀ 6 ਲੈਵਲ ਤੇ ਜਾਂ ਜਾਂ 6.5 ਲੈਵਲ ਤੇ ਹੋਵੇ ਤੇ ਉਹ ਤਜ਼ਾਬੀ ਹੋਏਗਾ ਉਹ ਜ਼ाहਰ ਕਰੇਗਾ ਕਿ ਕੈਲਸ਼ੀਅਮ ਰੁਕੀ ਨਹੀਂ ਹੈਗੀ ਕੈਲਸ਼ੀਅਮ ਹੱਡੀਆਂ ਤੋਂ ਖੂਨ ਦੀ ਤਰਫ ਜਾ ਰਹੀ ਹੈ ਔਰ ਅਗਰ ਜਾਨਵਰ ਦੇ ਬਰ ਵਕਤ ਉਹਦੇ ਖੂਨ ਦੀ ਨਾਲੀ ਦੇ ਵਿੱਚ ਕੈਲਸ਼ੀਅਮ ਦੇ ਦਿੱਤੀ ਜਾਵੇ ਕੈਲਸ਼ੀਅਮ ਬੋਰੋਗਲੂਕਨੇਟ ਤੇ ਉਹਦੇ ਨਾਲ ਜਾਨਵਰ ਜਿਹੜਾ ਨਾ ਫੌਰੀ ਉੱਠ ਕੇ ਖੜਾ ਹੋ ਜਾਂਦਾ ਔਰ ਨਾਰਮਲ ਹੋ ਜਾਂਦਾ ਲੇਕਿਨ ਇਹ ਸਵਾਲ ਤੇ ਪੈਦਾ ਹੁੰਦਾ ਕਿ ਕੀ ਸਿਰਫ ਇੱਕ ਕੱਲੀ ਬਿਮਾਰੀ ਹੈ ਜਾਂ ਹੋਰ ਵੀ ਕਈ ਬਿਮਾਰੀਆਂ ਨੇ ਜਿਹੜੀ ਕੈਲਸ਼ੀਅਮ ਦੀ ਕਮੀ ਦੀ ਵਜ੍ਹਾ ਨਾਲ ਪੈਦਾ ਹੁੰਦੀਆਂ ਸੂਨ ਤੋਂ ਬਾਅਦ ਜਾਨਵਰ ਦੇ ਦੁੱਧ ਦੇ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਖਾਰਜ ਹੁੰਦੀ ਹੈ ਔਰ ਇਕਦਮ ਜਾਨਵਰ ਦੇ ਖੂਨ ਦੇ ਵਿੱਚ ਕੈਲਸ਼ੀਅਮ ਦਾ ਲੈਵਲ ਹੈ ਜਿਹੜਾ 9 ਮਿਲੀਗ੍ਰਾਮ ਪਰ ਡੈਸੀਲੀਟਰ ਤੋਂ ਥੱਲੇ ਆ ਜਾਂਦਾ ਠੀਕ ਹੋ ਗਿਆ ਔਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇੱਕ ਆਮ ਜ਼ਿਮੀਦਾਰ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਜਾਨਵਰ ਦਾ ਜਿਹੜਾ ਕੈਲਸ਼ੀਅਮ ਦਾ ਲੈਵਲ ਹੈ ਇਹ ਵਿਗੜ ਗਿਆ ਜਾਂ ਡਿਸਟਰਬ ਹੋ ਗਿਆ ਉਹ ਮਰ ਮਾਸ਼ਾਅੱਲਾ ਸਾਡੇ ਜ਼ਿਮੀਦਾਰ ਭਰਾ ਵੀ ਕਾਫੀ ਪੜੇ ਲਿਖੇ ਨੇ ਅੱਜਕੱਲ ਔਰ ਬੱਚੇ ਵੀ ਜ਼ਿਆਦਾ ਪੜ ਰਹੇ ਨੇ ਉਨਾਂ ਦੀ ਇਤਲਾਹਾ واسطے ਅਰਜ਼ੇ ਕਿ ਜਾਨਵਰ ਦੇ ਵਿੱਚ ਚੰਦ علامات ਪੈਦਾ ਹੋ ਜਾਂਦੀਆਂ ਨੇ ਜਿਹੜੀਆਂ ਸਾਰ ਕਰਦੀਆਂ ਨੇ ਕਿ ਕੈਲਸ਼ੀਅਮ ਲੋ ਹੋ ਰਿਹਾ ਹੈ ਇਹ ਜੀਬ ਪਹਿਲੇ ਨੰਬਰ ਤੇ ਇਹ ਕਿ ਅਗਰ ਜਾਨਵਰ ਦਾ ਟੈਂਪਰੇਚਰ ਚੈੱਕ ਕੀਤਾ ਜਾਵੇ ਯਾਨੀ ਬਾਡੀ ਟੈਂਪਰੇਚਰ ਅਗਰ ਚੈੱਕ ਕੀਤਾ ਜਾਵੇ ਤੇ ਜਾਨਵਰ ਦਾ ਬਾਡੀ ਟੈਂਪਰੇਚਰ ਲੋ ਹੋ ਗਿਆ ਹੋਵੇਗਾ ਔਰ ਉਹ ਤਕਰੀਬਨ 98 ਡਿਗਰੀ ਫਾਰਨਾਈਟ ਦੇ ਨੇੜੇ ਨੇੜੇ ਹੁੰਦੇ ਹਨ ਨੰਬਰ 1 ਨੰਬਰ 2 ਕੰਨਾਂ ਦੀਆਂ ਕਰੂਮਲੀਆਂ ਜਿਹੜੀਆਂ ਨੇ ਜਾਨਵਰ ਦੀਆਂ ਠੰਡੀਆਂ ਹੁੰਦੀਆਂ ਨੇ। ਨੰਬਰ 3 ਜਾਨਵਰ ਦੇ ਪੈਰਾਂ ਪੈਰ ਵੀ ਤਕਰੀਬਨ ਠੰਡੇ ਹੁੰਦੇ ਨੇ। ਠੀਕ ਹੈ ਨਾ ਜੀ? ਔਰ ਇਸ ਤੋਂ ਇਲਾਵਾ ਜਾਨਵਰ ਜਿਹੜਾ ਹੈ ਉਹਦਾ ਗੋਬਰ ਜਿਹੜਾ ਨਾ ਉਹ ਆਕਰਾ ਹੋਣਾ ਸ਼ੁਰੂ ਹੋ ਜਾਂਦਾ ਹੈ। ਯਾਨੀ ਸਖਤ ਹੋਣਾ ਥੋੜਾ ਥੋੜਾ ਸ਼ੁਰੂ ਹੋ ਜਾਂਦਾ ਹੈ ਔਰ ਕਬਜ਼ ਹੋਣ ਦੀ ਤਰਫ ਜਾਨਵਰ ਜਾਂਦਾ ਹੈ। ਯਾਨੀ ਕਬਲ ਦਾ ਅਮਲ ਸ਼ੁਰੂ ਹੋ ਜਾਂਦਾ ਹੈ। ਔਰ ਜਾਨਵਰ ਨੂੰ ਅਗਰ ਚਲایا ਜਾਵੇ, ਉਹਨੂੰ ਟੁਰਾਇਆ ਫਰਾਇਆ ਜਾਏ ਤੇ ਜਾਨਵਰ ਜਿਹੜਾ ਹੈ ਉਹ ਜਕੂੜਿਆ ਆ ਟੁਰਦਾ। ਯਾਨੀ ਖੋਲ ਕੇ ਨਹੀਂ ਟੁਰਦਾ ਬਲਕੇ ਕੀ ਹੁੰਦਾ ਜਕੂੜਿਆ ਆ ਹੁੰਦਾ। ਸਮਨ ਗਾਜੂ ਮਾਸ਼ਾਪ ਜੀ ਜੀ ਰਾਈਟ ਅਤੇ ਮੇਰੇ ਜ਼ਮੀਦਾਰ ਪਰ ਆ ਵੀ ਸੁਣ ਰਹਾ ਨੇ ਯਾਨੀ ਇਹ ਆਮ ਅਲامات ਇਹ ਹੁੰਦੀਆਂ ਨੇ ਤੇ ਜ਼ਮੀਦਾਰ ਨੂੰ ਸਮਝ ਜਾਣਾ ਚਾਹੀਦਾ ਹੈ ਇਹ ਕਲਾਮਤ ਹੋਰ ਵੀ ਪੈਦਾ ਹੁੰਦੀ ਹੈ ਕਿਉਂਕਿ ਜਾਨਵਰ ਦਾ ਗੋਬਰ ਸਖਤ ਹੋਣਾ ਸ਼ੁਰੂ ਹੋ ਜਾਂਦਾ ਹੈ ਲਿਹਾਜ਼ਾ ਥੋੜੀ ਥੋੜੀ ਜਾਨਵਰ ਨੂੰ ਡਿਫਾਰੀ ਵੀ ਸ਼ੁਰੂ ਹੋ ਜਾਂਦੀ ਹੈ ਜੀ ਡਾਕਟਰ ਯਾਨੀ ਡਿਫਾਰੀ ਦਾ ਮਤਲਬ ਹੈ ਕਿ ਹਲਕੀ ਜੇ ਅਗਰ ਉਹਦੇ ਅੰਦਰ ਹਵਾ ਵੀ ਆ ਜਾਂਦੀ ਹੈ ਥੋੜਾ 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 ਜਾਨਵਰ ਡਫਾਰਿਆ ਜਾਂਦਾ ਹੈ ਇਹ ਚੀਜ਼ਾਂ علامات ظاہر ਕਰਦੀਆਂ ਨੇ ਕਿ ਜਾਨਵਰ ਨੂੰ ਕੈਲਸ਼ੀਅਮ ਦੀ ਕਮੀ ਹੋ ਗਈ ਹੈ ਲੇਕਿਨ ਬਾਹਰ ਕਿ ਆਪ ਜਾਨਵਰ ਅਲੇ ਖੜਾ ਹੁੰਦਾ ਆਪਣੇ ਪੈਰਾਂ ਤੇ ਡਿੱਗਾ ਨਹੀਂ ਹੁੰਦਾ ਔਰ ਚਾਰਾ ਵੀ ਖਾਣਾ ਕਾਫੀ ਘਟ ਕਰ ਜਾਂਦਾ ਹੈ ਬਾਜ਼ਕਾਤ ਬੰਦ ਕਰ ਜਾਂਦਾ ਖਾਣਾ ਇਸ ਤੋਂ ਇਲਾਵਾ ਸਾਰੀਆਂ علامات ক্যালਸ਼ੀਅਮ ਦੀ ਕਮੀ ਦੀ وجہ ਨਾਲ ਹਮਮ ਯਾਨੀ ਸਾਰੀਆਂ علامات ਦਾ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਪੈ ਸਕਦਾ ਹੈ ਹਾਂ ਗੱਲ ਇਹ ਕਿ ਜਿਸ ਵੇਲੇ ক্যালਸ਼ੀਅਮ ਦੀ ਕਮੀ ਜਾਨਵਰ ਜੁੰਦੀ ਹੈ ਔਰ ਸਪੈਸ਼ਲੀ ਬਹੁਤ ਮੋਟਾ ਜਾਨਵਰ ਜੀ ਤੇ ਬਹੁਤ ਪਤਲਾ ਜਾਨਵਰ ਦੋਨਾਂ ਦੇ ਵਿੱਚ ক্যালਸ਼ੀਅਮ ਦੀ شدید ਕਮੀ ਦੇਖੀ ਗਈ ਹੈ ਲਿਆਜ਼ਦਾ ਜਿਸ ਜਾਨਵਰ ਨੂੰ ਕੈਲਸ਼ੀਅਮ ਦੀ شدید ਕਮੀ ਹੋਏਗੀ ਉਹ ਆਪਣਾ ਪਿੱਛਾ ਕਿਸੇ ਵਕਤ ਵੀ ਬਾਹਰ ਸੜਦਾ ਹੈਗਾ ਯਾਨੀ ਪਿੱਛਾ ਜਿਹੜਾ ਕੱਢਣਾ ਹੈ ਜਾਨਵਰ ਦਾ ਉਹ ਵੀ ਮੇਨ ਉਹਦਾ ਜਿਹੜੀ وجہ ਹੈ ਉਹ ਕੈਲਸ਼ੀਅਮ ਦੀ ਕਮੀ ਅੱਜ ਦੀ ਸਾਇੰਸ ਇਹ ਦੱਸਦੀ ਹੈ ਪਈ ਕਿ ਅੱਗੇ ਲੋਕ ਇੰਜ ਕਰਦੇ ਹੁੰਦੇ ਸੀ ਹਸਪਤਾਲ ਗਏ ਤੇ ਅਲਾਮਤ ਆ ਗਈਆਂ ਤੇ ਉਹਨਾਂ ਨੂੰ ਆਖਿਆ ਲਓ ਜੀ ਡਾਕਟਰ ਸਾਹਿਬ ਇਹਨੂੰ ਟੀਕਾ ਲਾ ਦਿਓ ਉਹ ਨਾਲ ਜੀ ਟੀਕਾ ਲਾ ਦਿੰਦੇ ਤੇ ਕਦੇ ਪੂਰੀ ਹੋ ਜਾਂਦੀ ਸੀ ਲੇਕਿਨ ਮੈਂ ਇਸ ਚੀਜ਼ ਨੂੰ ਦਾ مشورہ نہیں دیتا بلکہ টিকা کھڑے جانور نو টিকা ਲਾਣ ਦਾ ਮੈਂ مشورہ نہیں دیتا اور اپنے ਜਿਹੜੇ ਬਿਹਤਰੀ ਭਾਈ ਨੇ یعنی ਵੈਟਰਨਰੀ محکمہ ਦੇ ਲੋਕ ਨੇ ਉਹਨਾਂ ਨੂੰ ਵੀ ਮੈਂ ਦੱਸਣਾ ਚਾਹਾਂਗਾ ਕਿ ਡੂ ਨਾਟ ਇੰਜेक्ट ਕੈਲਸ਼ੀਅਮ ਟੂ ਦਾ ਸਟੈਂਡਿੰਗ ਐਨੀਮਲ ਖੜੇ ਜਾਨਵਰ ਕੋ ਕبھی ਕੈਲਸ਼ੀਅਮ ਮਤ ਲਗਾਓ ਕਿਉਂਕਿ ਉਸਕੇ ਇਸ وجہ سے ਉਸਕੇ ਦਿਲ ਕੇ ਉਪਰ ਡਾਇਰੈਕਟ ਅਸਰ ਹੁੰਦਾ ਹੈ اور जानवर के मर जाने के काफी चांसेस मौजूद होते हैं। अच्छा। या अगर फर्ज करो आग लगाना चाहते हैं तो कैल्शियम को ग्लूकोज फाइव परसेंट में डिल्यूट करके लगाए ठीक है ये मैं सिर्फ ये अपने जिम्मेदार भाइयों के लिए ये मशवरा नहीं है ये मशवरा उन लोगों के लिए है जो टीके ला, 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 लगाने का काम करते जिम्मेदार को क्या करना चाहिए अब जिम्मेदार टीका तो लगा नहीं सकता और ना ही उसे जानवर की नास में टीका लगाना चाहिए उसे नहीं लगाना चाहिए किसी सूरत में भी क्योंकि उसके लगाने से बहुत सी पचीदगियाँ पैदा हो सकती हैं और जानवर बर्बाद हो सकता है लिहाजा अब देखना ये है कि जिम्मेदार क्या करे उस वक्त जिम्मेदार को चाहिए कि जानवर को इंस्टेंट या रेडी कैल्शियम की बोतल जो है वो पिलाए ਅਤੇ ਉਹ ਵਾਲੇ ਬੰਦੇ ਆਂਦੇ ਕਿ ਇਹ ਰੈਡੀ ਕੈਲਸ਼ੀਅਮ ਦਾ ਇਨਸਟੈਂਟ ਕੈਲਸ਼ੀਅਮ ਜਿਹਦੇ ਨਾਲ ਜਾਨਵਰ ਦਾ ਕੈਲਸ਼ੀਅਮ ਲੈਵਲ ਹੈ ਜਿਹੜਾ ਚੰਦ ਯਾਨੀ ਇੱਕ ਤੋਂ 2 ਘੰਟੇ ਦੇ ਅੰਦਰ ਅੰਦਰ ਪੂਰਾ ਹੋ ਜਾਵੇ ਉਹਦੇ ਖੂਨ ਦੇ ਵਿੱਚ ਕੈਲਸ਼ੀਅਮ ਦੀ ਮਿਕਦਾਰ ਪੂਰੀ ਹੋ ਜਾਵੇ ਉਹ ਕਿੱਥੋਂ ਮਿਲੇਗੀ ਤੇ ਕਿਹੜੀ ਕਿਹੜੀ ਬੋਤਲ ਹੈ ਇੱਕ ਕੈਲਸਿਲ ਮੈਗ ਦੇ ਨਾਂ ਤੇ ਬੋਤਲ ਆਂਦੀ ਹੈ ਲੀਟਰ ਦੀ ਬੋਤਲ ਹੈ ਤੇ ਸੁੰਦਿਆ ਸਾਰ ਪਹਿਲੇ ਦੇਣੀ ਜਾ ਅਗਰ ਕਮੀ ਸੂਣ ਵਾਲੇ ਜਾਨਵਰ ਦੇ ਵਿੱਚ ਮਹਿਸੂਸ ਕਰੇ ਜ਼ਿੰਮੇਦਾਰ ਤੇ ਸੂਣ ਤੋਂ ਪਹਿਲੇ ਅੱਧੀ ਬੋਤਲ ਪਿਲਾ ਦੇ ਅੱਧੀ ਬਾਅਦ ਦੇ ਵਿੱਚ ਦੂਸਰੇ ਦਿਨ ਪਿਲਾ ਦੇ ਸੂਣ ਵੇਲੇ ਬਾਅਦ ਕੈਲਸ਼ੀਅਮ ਦੀਆਂ ਦੋ ਤਿੰਨ ਚੀਜ਼ਾਂ ਨੇ ਇੱਕ ਕਹਿ ਗਿਆ ਕੈਲਸ਼ੀਲ ਮੈਗ ਹਜ਼ਾਰ ਯਾਨੀ ਹਜ਼ਾਰ ਐਮਐਲ ਦੀ 1 ਲੀਟਰ ਦੀ ਬੋਤਲ ਹੈ ਜੀ ਇੱਕ ਤੇ ਜ਼ਿੰਮੇਦਾਰ ਕੋਲ ਮੌਜੂਦ ਹੋਣੀ ਚਾਹੀਦੀ ਹੈ ਦੂਸਰੇ ਨੰਬਰ ਤੇ ਵੈਟੀ ਕੇਅਰ ਕੰਪਨੀ ਦੀ ਇੱਕ ਬੋਤਲ ਹੈ ਵੈਟੀ ਕੈ ਜਾਂ ਉਹ ਹੋਣੀ ਚਾਹੀਦੀ ਹੈ ਜਾਂ ਇਹਦੇ ਤੋਂ ਇਲਾਵਾ ਮੈਂ ਜ਼ਿੰਮੇਦਾਰ ਭਰਾਵਾਂ ਨੂੰ ਇੱਕ ਨਹਾਇਤ ਦਾ ਬਿਹਤਰੀਨ ਤਰੀਕਾ ਦੱਸਦਾ ਹੈ ਜਿੱਦੇ ਨਾਲ ਜ਼ਿੰਮੇਦਾਰ ਕਰ ਵੀ ਸਕਣ ਆਸਾਨੀ ਨਾਲ ਚਾਹੀਦਾ ਇਹ ਵੇ ਕਿ ਆਖਰੀ ਦਿਨਾਂ ਦੇ ਵਿੱਚ ਯਾਨੀ 21 ਦਿਨ ਜਿਹੜੇ ਸੂਣ ਤੋਂ ਪਹਿਲੇ ਨੇ ਉਹਨਾਂ ਦਿਨਾਂ ਦੇ ਵਿੱਚ ਤਕਰੀਬਨ 50 ਸੀਸੀ ਕੈਲਸ਼ੀਅਮ ਇੰਪੋਰਟਡ ਜਿਹੜੀ ਕਿ ਇਨਸਟੈਂਟ ਕੈਲਸ਼ੀਅਮ ਹੈ ਜਿਹੜੀ ਕਿ ਉਹਨਾਂ ਨੂੰ ਅਗਰ ਲੋਰ ਦੇ ਦਗੇ ਦੇ ਤੇ ਲੋਰ ਤੋਂ ਪਾਕਿਸਤਾਨ ਮੈਡੀਕਲ ਤੋਂ ਮਿਲ ਜਾਏਗੀ ਉਹਨਾਂ ਨੂੰ ਉੱਥੋਂ ਉਹ ਬੋਤਲ ਲੈ ਕੇ ਤੇ ਉਹ ਆਪਣੇ ਕੋਲ ਰੱਖਣ ਔਰ 50 ਸੀਸੀ ਉਹਨਾਂ ਦੇ ਵਿੱਚ ਪਾਣੀ ਚ ਮਿਕਸ ਕਰਕੇ ਪਿਲਾਉਂਦੇ ਰਹਿਣ ਔਰ ਸੂਣ ਤੋਂ ਬਾਅਦ ਵੀ ਚੰਦ ਦਿਨ ਪਿਲਾਉਂਦੇ ਰਹਿਣ ਤੇ ਇਸ ਤਰੀਕੇ ਨਾਲ ਜਾਨਵਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਢੜੀ ਹੈ ਉਹ ਪੂਰੀ ਹੁੰਦੀ ਰਹੇਗੀ ਇਹ ਤੋਂ ਅਲਾਵਾ ਗਾਲੇ ਵੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਕੈਲਸ਼ੀਅਮ ਦੀ ਕਮੀ ਨਾਲ ਹੋਰ ਕੀ ਕੀ ਜਾਨਵਰ ਨੂੰ ਹੋ ਸਕਦਾ ਹੈ? ਆ ਬਿਮਾਰੀਆਂ ਕੀ ਕੀ? ਬਿਮਾਰੀਆਂ ਕੀ ਕੀ ਆ ਸਕਦੀਆਂ ਨੇ। ਇੱਕ ਤੇ ਇਹ ਕਿ ਕੈਲਸ਼ੀਅਮ ਸਾਰੇ ਦਸ ਮਿਲਕ ਫੀਵਰ ਦੇ ਇੱਕ ਆਮ ਬਿਮਾਰੀ ਹੈ ਜਿਹੜੀ ਹਰ ਬੰਦੇ ਨੂੰ ਤਕਰੀਬਨ ਪਤਾ ਹੈ। ਹਰ ਜ਼ਿੰਮੇਦਾਰ ਨੂੰ ਵੀ ਪਤਾ ਹੈ ਕਿ ਸੂਤਕਵਾ ਕੀ ਚੀਜ਼ ਹੈ। ਨੰਬਰ 2 ਪਿੱਛਾ ਬਾੜ ਛੱਡ ਦੇਣਾ ਜਾਨਵਰ ਦਾ ਇਹ ਵੀ ਕੈਲਸ਼ੀਅਮ ਦੀ ਕਮੀ ਦੀ وجہ ਨਾਲ ਹੈ। ਮਿਲਕ ਫੀਵਰ ਜਾਂ ਸੂਤਕਵਾ ਦੂਜੀ ਬਿਮਾਰੀ जानवर ਦਾ ਪਿੱਛੇ ਦਾ ਬਾਹਰ ਕੱਢ ਦੇਣਾ ਨੰਬਰ 3 ਜਾਨਵਰ ਦੇ ਥਣ ਦਾ ਮੂੰਹ ਜਿਹੜਾ ਹੈ ਉਹ ਕੈਲਸ਼ੀਅਮ ਦੀ ਕਮੀ ਦੀ وجہ ਨਾਲ ਜ਼ਿਆਦਾ دیر ਖੁੱਲਾ ਰਹਿਣ ਦੀ وجہ ਨਾਲ ਜਿਹੜੇ ਗੰਦੇ ਜਰਾਸੀਮ ਨੇ ਉਹਦੇ ਅੰਦਰ ਦਾਖਲ ਹੋ ਜਾਂਦੇ ਨੇ ਤੇ ਜਾਨਵਰ ਜਿਹੜਾ ਹੈ ਸਾੜੂ ਦੀ ਬਿਮਾਰੀ ਚ ਮੁਬਤਲਾ ਹੋ ਜਾਂਦਾ ਉਹ ਜ਼ਿਆਦਾ دیر ਖੁੱਲੇ ਰਹਿੰਦੇ ਨਹੀਂ ਕਿਉਂਕਿ ਉਹਨਾਂ ਦੇ ਖੁੱਲਣ ਔਰ ਬੰਦ ਹੋਣ ਨੂੰ ਕੈਲਸ਼ੀਅਮ ਦੀ ਮਿਕਦਾਰ ਹੀ ਰੈਗੂਲੇਟ ਕਰਦੀ ਹੈ ਯਾਨੀ ਅਗਰ ਕੈਲਸ਼ੀਅਮ ਪੂਰੀ ਨਾ ਹੋਵੇ ਤਾਂ ਜਾਨਵਰ ਦੇ ਥਣ ਦਾ ਮੂੰਹ ਜਿਹੜਾ ਉਹ ਕਾਫੀ ਦੇਰ ਖੁੱਲਾ ਰਹਿੰਦਾ ਹੈ ਔਰ ਅਗਰ ਜਾਨਵਰ ਜ਼ਮੀਨ ਤੇ ਬਹਿ ਜਾਏ ਉਸੇ ਵਕਤ ਜਰਾ ਸੀ ਮੋਦੇ ਅੰਦਰ ਦਾਖਲ ਹੋ ਜਾਂਦੇ ਨੇ ਥਣ ਦੇ ਜ਼ਰੀਏ ਉਸ ਮੂੰਹ ਦੇ ਜ਼ਰੀਏ ਥਣ ਦੇ ਅੰਦਰ ਦਾਖਲ ਹੋ ਜਾਂਦੇ ਨੇ ਲਿਹਾਜ਼ਾ ਕੈਲਸ਼ੀਅਮ ਦਾ ਲੈਵਲ ਇਸ ਲਿਹਾਜ਼ ਨਾਲ ਇਸ ਬਿਮਾਰੀ ਦਾ ਕਾਰਨ ਬਣ ਸਕਦਾ ਹੈ ਅਗਰ ਕੈਲਸ਼ੀਅਮ ਦੀ ਮਿਕਦਾਰ ਜਾਨਵਰ ਦੇ ਵਿੱਚ ਖੂਨ ਚ ਘੱਟ ਹੋਵੇਗੀ ਤੇ ਮੂੰਹ ਕਾਫੀ देर ਖੁੱਲਾ ਰਹੇਗਾ ਔਰ ਜਾਨਵਰ ਨੂੰ ਮਸਟਾਈਟਸ ਜਾਂ ਸਾੜੋ ਦੀ ਬਿਮਾਰੀ ਹੋ ਜਾਏ ਜਿਹੜੇ ਜਾਨਵਰ ਦਾ ਜਿੰਨਾ ਦੁੱਧ ਜ਼ਿਆਦਾ ਹੋਏਗਾ ਓਨੀ ਉਹਦੀ ਕੈਲਸ਼ੀਅਮ ਦੀ ਮਿਕਦਾਰ ਉਹਦੇ ਚ ਘੱਟ ਹੋ ਜਾਏਗੀ ਕਿਉਂਕਿ ਕੈਲਸ਼ ਦੁੱਧ ਦਾ ਜਿਹੜਾ ਮੇਨ ਜੋਜ਼ੇ ਉਹ ਕੈਲਸ਼ੀਅਮ ਹੈ ਕੈਲਸ਼ੀਅਮ ਦੁੱਧ ਦਾ ਮੇਨ ਜੋਜ਼ੇ ਅਗਰ ਕੈਲਸ਼ੀਅਮ ਦੀ ਅਗਰ ਦੁੱਧ ਜ਼ਿਆਦਾ ਹੋਏਗਾ ਤੇ ਕੈਲਸ਼ੀਅਮ ਮਜ਼ੀਦ ਘਟਦੀ ਚਲੀ ਜਾਏਗੀ ਡਾਕਟਰ ਸਾਹਿਬ ਇਹ ਮੱਝਾਂ ਦੇ ਵਿੱਚ ਵੀ ਇਹੀ ਸੇਮ ਸਿਸਟਮ ਨਾ ਨਾ ਦੋਨਾਂ ਦੇ ਵਿੱਚ ਹੀ ਗਾਂ ਮੱਝ ਦੋਵਾਂ ਦੇ ਵਿੱਚ ਹੀ ਬਲਕਿ ਦੂਸਰੇ ਜਾਨਵਰਾਂ 'ਚ ਵੀ ਹੈ ਇਨਸਾਨ ਦੇ ਵਿੱਚ ਵੀ ਔਰ ਬੱਕਰੀਆਂ 'ਚ ਵੀ ਔਰ ਦੂਸਰੇ ਜਿੰਨੇ ਵੀ ਜਾਨਵਰ ਦੁੱਧ ਦੇਣ ਵਾਲੇ ਨੇ ਯਾਨੀ ਮੈਮਲਸ ਜਿਹਨਾਂ ਨੂੰ ਅਸੀਂ ਕਹਿੰਦੇ ਆ ਉਹਨਾਂ ਸਾਰਿਆਂ ਦੇ ਵਿੱਚ ਕੈਲਸ਼ੀਅਮ ਦੀ ਕਮੀ ਦੀ ਵਜ੍ਹਾ ਨਾਲ ਇਹ ਮਸਲੇ ਪੈਦਾ ਹੁੰਦੇ ਨੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਕੈਲਸ਼ੀਅਮ ਦੀ ਕਮੀ ਦੀ ਵਜ੍ਹਾ ਨਾਲ ਜੇਰ ਰੁਕ ਜਾਂਦੀ ਹੈ ਸ਼ਬਾਦ ਸਾਹਿਬ ਲਾਜ਼ਮੀ ਜਿਸ ਜਾਨਵਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਵਾਕਿਆ ਹੋ ਜਾਏਗੀ ਉਹਦੇ ਵਿੱਚ ਉਸ ਜਾਨਵਰ ਦੀ ਜੇਰ ਵੀ ਰੁਕ ਜਾਏਗੀ ਰੁਕਣ ਦੇ ਕਾਫੀ ਹੱਦ ਤੱਕ ਇਮਕਾਨਾਤ ਹੁੰਦੇ ਨੇ ਕਿ ਜੇਰ ਰੁਕ ਜਾਵੇ ਉਹਦੀ ਪੀ ਦੇ ਨਾਲ ਕੈਲਸ਼ੀਅਮ ਦੀ ਯਾਨੀ ਇਨਸਟੈਂਟ ਕੈਲਸ਼ੀਅਮ ਦੀ ਕبھی ਪੂਰੀ ਨਹੀਂ ਹੋ ਸਕਦੀ ਠੀਕ ਹੈ ਬਲਕਿ ਜੇ ਅਗਰ ਕੈਲਸ਼ੀਅਮ ਦੀ ਮਿਕਦਾਰ ਉਹਨਾਂ ਦੇ ਨਾਲ ਜ਼ਿਆਦਾ ਦਵੋਗੇ ਤੇ ਰਕਾਵਟ ਆਏਗੀ ਕੈਲਸ਼ੀਅਮ ਦੀ ਮੋਬਿਲਾਈਜੇਸ਼ਨ ਦੀ ਖੂਨ ਤੋਂ ਲੈ ਕੇ ਜਿਹੜਾ ਹੱਡੀਆਂ ਤੋਂ ਖੂਨ ਨਾਲ ਜਾਂਦਾ ਰੁਕੇਗਾ ਲੇਕਿਨ ਇਸ ਚੀਜ਼ ਵਾਸਤੇ ਕਈ ਕੈਲਸ਼ੀਅਮ ਦੀਆਂ ਕਿਸਮਾਂ ਮੌਜੂਦ ਨੇ ਮਾਰਕੀਟ ਦੇ ਵਿੱਚ ਜਿਹੜੇ ਦੇਣ ਦੇ ਨਾਲ ਇੰਗਲੈਂਡ ਦੀ ਇੱਕ ਕੰਪਨੀ ਹੈ ਕੀਮਨ ਜੀ ਡਾਕਟਰ ਉਹਦੀ ਇੱਕ ਸਪਲੀਮੈਂਟਿਕ ਜਿਸ ਵਿੱਚ ਉਹਨਾਂ ਨੇ ਕੈਲਸ਼ੀਅਮ ਦਾ ਇੰਤਜ਼ਾਮ ਕੀਤਾ ਹੈ ਉਹ ਹੈ ਨਿਊਟਰੀ ਕੈਬ ਦੇਣਾ ਹਤੇ ਅਗਰ ਨਿਊਟਰੀ ਕੈਬ ਸੂਣ ਤੋਂ ਪਹਿਲੇ 21 ਦਿਨ ਖਿਲਾਈ ਜਾਏ ਔਰ ਸੂਣ ਤੋਂ ਬਾਅਦ ਖਿਲਾਈ ਜਾਏ ਤੇ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਂਦੀ ਹੈ ਕੈਲਸ਼ੀਅਮ ਕੈਲਸ਼ੀਅਮ ਦੀ ਕਮੀ ਜਾਨਵਰਾਂ ਬਾ ਕੀ ਨਹੀਂ ਹੁੰਦੀ ਇਸੇ ਤਰ੍ਹਾਂ ਇੱਕ ਉਸੇ ਕੰਪਨੀ ਦੀ ਇੰਗਲੈਂਡ ਦੀ ਕੰਪਨੀ ਕੀਮਨ ਦੀ ਇੱਕ ਹੋਰ ਸਪਲੀਮੈਂਟ ਹੈ ਜਿੱਦਾ ਨਾਮ ਹੈ ਗਲਾਈਕਲਫੋਰਡ ਔਰ ਅਗਰ 250 ਗ੍ਰਾਮ ਦੇਲੀ ਜਾਨਵਰ ਨੂੰ ਸੂਣ ਤੋਂ ਪਹਿਲੇ ਹੀ ਕਿ ਦਿਨ ਔਰ ਸੂਣ ਤੋਂ ਬਾਅਦ ਖਿਲਾਇਆ ਜਾਏ ਤੇ ਜਾਨਵਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਨਹੀਂ ਰਹਦੀ ਔਰ ਕੈਲਸ਼ੀਅਮ ਦੀ ਅਗਰ ਕਮੀ ਨਹੀਂ ਰਹੇਗੀ ਤੇ ਜਾਨਵਰ ਨੂੰ ਸੂਤਕ ਬਾ ਨਹੀਂ ਹੋਏਗਾ ਜਾਨਵਰ ਪਿੱਛਾ ਬਾ ਨਹੀਂ ਸਟੇਗਾ ਜਾਨਵਰ ਦੇ ਥਣ ਦਾ ਮੂੰਹ ਬੰਦ ਆਰਾਮ ਨਾਲ ਹੋਏਗਾ ਆਰਾਮ ਨਾਲ ਖੁੱਲੇਗਾ ਆਰਾਮ ਨਾਲ ਬੰਦ ਹੋ ਜਾਏਗਾ ਵਕਤ ਇੱਕ ਬੰਦ ਹੋਏਗਾ ਵਕਤ ਤੇ ਖੁੱਲੇਗਾ ਔਰ ਇਸ ਤੋਂ ਇਲਾਵਾ ਜਾਨਵਰ ਨੂੰ ਜਿਹੜੀ ਬੜੀ ਸਖਤ ਕਬਜ਼ ਹੁੰਦੀ ਹੈ ਜਿਹਨੂੰ ਐਬਮੈਜ਼ਮ ਦੀ ਕਾਂਸਟਿਪੇਸ਼ਨ ਕਹਿੰਦੇ ਨੇ ਉਹ ਵੀ ਨਹੀਂ ਹੋਵੇਗੀ ਇਸ ਤੋਂ ਇਲਾਵਾ ਇੱਕ ਹੋਰ ਬੜੀ ਆਹਮ ਬਿਮਾਰੀ ਹੈ ਜਦੀ وجہ ਨਾਲ ਕਾਫੀ ਤੋਂ ਜ਼ਿਆਦਾ ਜਾਨਵਰ ਜਿਹੜੇ ਨੇ ਉਹ ਬਰਬਾਦ ਹੋ ਜਾਂਦੇ ਨੇ ਉਹਨੂੰ ਕਹਿੰਦੇ ਨੇ ਡਿਸਪਲੇਸਮੈਂਟ ਆਫ ਐਬਮੈਜ਼ਮ ਯਾਨੀ ਅੰਗਰੇਜ਼ੀ ਦਾ ਲਫ਼ਜ਼ ਜਿਹੜਾ ਮੇਧ ਦਾ ਆਖਰੀ ਹੈ ਉਹ ਕਈ ਵਾਰੀ ਉਲਟਾ ਹੋ ਜਾਂਦਾ ਹੈ ਕੈਲਸ਼ੀਅਮ ਦੀ ਕਮੀ ਦੀ وجہ ਨਾਲ ਕੈਲਸ਼ੀਅਮ ਦੀ ਕਮੀ ਦੀ ਵਜ੍ਹਾ ਨਾਲ ਬੇਦਾਈ ਉੱਠਾ ਹੋ ਜਾਂਦਾ ਉਹਨੂੰ ਕਹਿੰਦੇ ਨੇ ਡਿਸਪਲੇਸਮੈਂਟ ਆਫ ਐਬਮੇਜ਼ਮ ਜੀ ਡਾਕਟਰ ਔਰ ਉਹ ਵੀ ਕੈਲਸ਼ੀਅਮ ਦੀ ਕਮੀ ਉਹਦੇ ਵਿੱਚ ਵੀ ਇੱਕ ਇੱਕ ਉਹ ਵਜ੍ਹਾ ਕੈਲਸ਼ੀਅਮ ਦੀ ਕਮੀ ਹੈ ਇਸ ਤੋਂ ਇਲਾਵਾ ਜਾਨਵਰਾਂ ਦੇ ਵੀ ਕਿ ਬਿਮਾਰੀ ਹੋ ਰਹੀ ਜਿਹਨੂੰ ਕਿਟੋਸਿਸ ਕਹਿੰਦੇ ਨੇ ਜੀ ਡਾਕਟਰ ਉਹ ਵੀ ਕੈਲਸ਼ੀਅਮ ਦੀ ਕਮੀ ਉਹਦੇ ਵਿੱਚ ਵੀ ਯਾਨੀ ਜ਼ਰੂਰੀ ਇਹ ਕੈਲਸ਼ੀਅਮ ਦੀ ਕਮੀ ਉਹਦਾ ਵੀ ਬਾਇਸ ਬਣਦੀ ਹੈ ਨਹੀਂ ਵਾ ਦੁੱਧ ਦੇ ਦੇ ਨਹੀਂ ਨਹੀਂ ਕੈਲਸ਼ੀਅਮ ਦੀ ਕਮੀ ਨਾਲ ਹੱਡੀਆਂ ਦੇ ਵਿੱਚ ਬਾਜ਼ਕਾਤ ਕਮੀ ਆਂਦੀ ਹੈ ਹੱਡੀਆਂ ਪੋਰਸ ਹੋਣ ਖੋਖਲੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਲੇਕਿਨ ਅਗਰ ਕੈਲਸ਼ੀਅਮ ਦੀ ਬਾਰ ਬਕਤ ਨਾ ਕੀਤੀ ਜਾਵੇ ਕਮੀ ਪੂਰੀ ਤੇ ਜਾਨਵਰ ਜਿਹੜੇ ਨੇ ਆਸਟੋ ਮਲੇਸ਼ੀਆ ਦੀ ਬਿਮਾਰੀ ਚ ਮੁਫਤਲਾ ਹੋ ਜਾਂਦੇ ਨੇ ਹੁਣ ਸਵਾਲ ਇਹ ਪਤਾ ਹੁੰਦਾ ਜ਼ਿੰਮੇਦਾਰਾਂ ਨੂੰ ਇਸ ਅਗਰੇਜ਼ੀ ਨਾਮ ਦਾ ਕੀ ਪਤਾ ਹੈ ਕਿ ਆਸਟੋ ਮਲੇਸ਼ੀਆ ਕੀ ਸ਼ੈਅ ਹੁੰਦੀ ਹੈ ਮੈਂ ਜ਼ਿੰਮੇਦਾਰ ਭਰਾਵਾਂ ਦੀ ਇਤਲਾ ਵਾਸਤੇ ਅਰਜ਼ ਕਰਾਂਗਾ ਕਿ ਜਾਨਵਰ ਜਦੋਂ ਜ਼ਿਆਦਾ ਕੈਲਸ਼ੀਅਮ ਉਹਦੇ ਦੁੱਧ ਚ ਖਾਰਜ ਹੁੰਦੀ ਰਹੇਗੀ ਔਰ ਪਿੱਛੋਂ ਅਸੀਂ ਕੈਲਸ਼ੀਅਮ ਉਹਦੀ ਪੂਰੀ ਨਾ ਕਰਾਂਗੇ ਤੇ ਜਾਨਵਰ ਦੀਆਂ ਹੱਡੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਦਰਦ ਪੈਦਾ ਹੋ ਜਾਏਗੀ ਔਰ ਜਾਨਵਰ ਲੰਗੜਾ ਕੇ ਟੁੱਟਣਾ ਸ਼ੁਰੂ ਹੋ ਜਾਏਗਾ ਜਿਹਨੂੰ ਸਾਇੰਸ ਦੀ ਜ਼ੁਬਾਨ ਦੇ ਵਿੱਚ ਆਸਟੋ ਮਲੇਸ਼ੀਆ ਕਹਿੰਦੇ ਨੇ ਰਾਈਟ ਸਰ ਦਾ ਅਸਲ ਮੈਂ ਆਪਣੇ ਮੈਸਿਪਾਰਾਦਰਾਤ ਨੂੰ ਦੱਸਣਾ ਚਾਹਾਂ ਹੈ ਕਿ ਇਸ ਤਰੱਕੀ ਆਫਤਾ ਦੌਰ ਦੇ ਵਿੱਚ ਜਿੱਤੋਂ ਤੱਕ ਇਹ ਨਾ ਟੂਣੇ ਟੋਟਕੇ ਦਾ ਤਲਕ ਟੂਣੇ ਟੋਟਕੇ ਆ ਦੇ ਨਾਲ ਜਾਨਵਰਾਂ ਦਾ ਇਲਾਜ ਨਹੀਂ ਹੋ ਸਕਦਾ ਔਰ ਕੋਈ ਖਾਸ ਟੂਣੇ ਟੋਟਕੇ ਨਹੀਂ ਜਿਨ੍ਹਾਂ ਦੇ ਨਾਲ ਅਸੀਂ ਕਰਕੇ ਤੇ ਅਸੀਂ ਜਾਨਵਰਾਂ ਦਾ ਇਲਾਜ ਕਰ ਲਈਏ ਲਿਆਜ਼ਾ ਸਾਡਾ ਦਰ ਅਸਲ ਜਿਹੜਾ ਜ਼ਿੰਮੇਦਾਰ ਪਾਈਏ ਉਹ ਡਰਦਾ ਇਸ ਗੱਲੋਂ ਹੈ ਕਿ ਅਗਰ ਡਾਕਟਰ ਕੋਲ ਗਏ ਤੇ ਡਾਕਟਰ ਦੀ ਸਾਨੂੰ ਫੀਸ ਦੇਣੀ ਪੈਗੀ ਉਹ ਸਵਾਲ ਤੇ ਪੈਦਾ ਹੁੰਦਾ ਡਾਕਟਰ ਦੀ ਫੀਸ ਤੇ ਦੇਣੀ ਪੈਣੀ ਹੈ ਉਹਦੇ ਅਲੇ ਨੇ ਕੰਮ ਕਰਨਾ ਤੇ ਉਹਨੇ ਫੀਸ ਤੇ ਲੈਣੀ ਲੈਣੀ ਹੈ ਫੀਸ ਕੋਲੋਂ ਡਰਦਿਆਂ ਤੁਸੀਂ 3 ਲੱਖ ਦਾ ਜਾਨਵਰ ਹਜ਼ਾਰ 2000 ਰੁਪਏ ਦੀ ਖਾਤਰ 3 ਲੱਖ ਦਾ ਜਾਨਵਰ ਬਰਬਾਦ ਕਰਦੇ ਹੋ ਤੇ ਮੈਂ ਤੇ ਜ਼ਿੰਮੇਦਾਰ ਭਰਾਵਾਂ ਨੂੰ ਕਹਾਂਗਾ ਕਿ ਤੁਹਾਨੂੰ ਚਾਹੀਦਾ ਹੈ ਕਿ ਜੂਹੀਂ ਤੁਹਾਡਾ ਜਾਨਵਰ ਬਿਮਾਰ ਹੋਵੇ ਤੇ ਮੁਤਲਕਾ ਆਪਣੇ ਹਸਪਤਾਲ ਦੇ ਡਾਕਟਰ ਸਾਹਿਬ ਨਾਲ ਰਜੂ ਕਰੋ ਜਾਂ ਕਾਮਸ ਕਾਮ ਆਪਣੇ ਨਜ਼ਦੀਕੀ ਵੈਟਰਨਰੀ ਸੈਂਟਰ ਦੇ ਉੱਤੇ ਜਿਹੜਾ ਸਾਡਾ ਟ੍ਰੇਨਡ ਵੈਟਰਰੀ ਅਸਿਸਟੈਂਟ ਮੌਜੂਦ ਹੈ ਉਹਦੇ ਨਾਲ مشورہ ਕਰਕੇ ਉਹਦੇ ਕੋਲੋਂ ਇਲਾਜ ਕਰਵਾਓ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੱਕ ਜ਼ਿੰਮੇਦਾਰ ਜਿਹੜਾ ਹੈ ਅਗਰ ਜਲਦੀ ਦੇ ਕੇ ਆਪਣੇ ਜ਼ਿੰਮੇਦਾਰ ਆਪਣੇ ਜਾਨਵਰ ਨੂੰ ਹਸਪਤਾਲ ਨਹੀਂ ਲਿਜਾ ਸਕਦਾ ਕਿ ਆ ਡਾਕਟਰ ਉਥੇ ਰਾਤ ਦਾ ਵਕਤ ਦੇ ਨਹੀਂ ਆ ਸਕਦਾ ਤੇ ਹਮ ਕਿਸਾਨ ਦੀ ਤਰਫੋਂ ਮੈਂ ਆਪਣੇ ਵੱਲੋਂ ਆਫਰ ਕਰਦਾ ਆਪਣੇ ਜ਼ਿੰਮੇਦਾਰ ਭਰਾਵਾਂ ਨੂੰ ਕਿ ਮੇਰੇ ਨਾਲ ਆਪਣੇ ਜਾਨਵਰ ਦੇ ਇਲਾਜ ਦੇ ਬਾਰੇ ਵਿੱਚ ਦਿਨ ਰਾਤ ਕਿਸੇ ਵਕਤ ਵੀ ਫੋਨ ਤੇ ਜਾਂ WhatsApp ਤੇ ਮੇਰੇ ਨਾਲ رابطہ ਕਾਇਮ ਕਰਨ ਮੈਂ ਉਹਨਾਂ ਨੂੰ ਮੌਕੇ ਦੇ ਉਤੇ ਗਾਈਡ ਕਰਦਾ